लो जी अज आए हुए असी लहरे गागे सैलर के टोआ पट रहे थे। यह नवी तकनीक नाल काम हो रहा है। पहला जिहड़ा ब्रोकन बन जाता सी जिवें कणकी तो हुण मतलब कि घट बनिया करूगी है ना। तो आ सैलर का फूस पिया गया इधर, बाकी अगे जीरी हुण लगूगी, इस तों बाद जीरी आऊगी। पहला सैलर च मतलब कि कणकी वगैरह ज़्यादा बन जाती सी। तो आह मिस्त्री नाल कर दें गलबात। तो किहड़ा पिंड है मिस्त्री तेरा? फिरोजपुर तो है। तो यह नवी तकनीक हैगी अपना, की नाम है तेरा? तरसेम सिंह। तेरा मोबाइल नंबर दस दे पहला। 6843 9592। तो की तकनीक हैगी यह, किवें आपां ने कम करोगे तुसीं अग्गे? ਆਪਾਂ ਮਸ਼ੀਨਾਂ ਫਿੱਟ ਕਰਾਂਗੇ, ਸਕਾਈ ਆਪਣੇ ਆਪ ਹੋਏਗੀ, ਬਰੋਕਨ ਘਟੇਗਾ। ਅੱਛਾ, ਝੋਲੇ ਬਹੁਤੀਆਂ ਬਣ ਜਾਣਗੀਆਂ ਇੱਥੇ। ਜਿਹੜੇ ਲੇਬਰ ਇਕੱਲੀ ਇਕੱਲੀ ਬੋਰੀ ਕੱਟਦੀ ਸੀ ਉਹ ਨਹੀਂ ਕੱਟਣੀ ਪਏਗੀ, ਹੁਣ ਇਕੱਠੀ ਜੀਰੀ ਆ ਜਾਏਗਾ। ਇਕੱਠੀ ਜੀਰੀ ਇੱਕੇ ਵਾਰੀ ਸਟੋਕ ਹੋ ਜਾਏਗਾ 1000-1500 ਘੰਟੇ। ਠੀਕ ਹੈ। ਇਹ ਪੂਰੇ ਮਤਲਬ ਕਿ ਕੀ ਲਾਓਗੇ ਤੁਸੀਂ? ਹੋਏਗਾ ਰੈਲ। ਠੀਕ ਹੈ, ਉੱਥੇ ਪੱਖਾ ਫਿੱਟ ਹੋਏਗਾ। ਉੱਥੇ ਪੱਖਾ ਫਿੱਟ ਹੋਊਗਾ, ਇੱਧਰ ਉੱਧਰ ਜਾਊਗੀ, ਉਦੋਂ ਬਾਅਦ ਚ। ਠੀਕ ਹੈ। ਤੇ ਇਹ ਨਵੀਂ ਤਕਨੀਕ ਹੈ ਜੀ ਬਿਲਕੁਲ। ਤੇ ਉਰੇ ਆਊਗੀ ਜੀਰੀ ਉਦੋਂ ਬਾਅਦ ਚ। ਠੀਕ ਹੈ, ਉੱਧਰ ਜਾ ਕੇ ਐਲੀਵੇਟਰ ਲੱਗੇਗਾ, ਅਗਲੇ ਸਾਈਡ ਮਸ਼ੀਨ ਇੱਕ ਹੋਰ ਲੱਗੇਗੀ ਉੱਧਰ, ਇੱਕ ਮਸ਼ੀਨ अपने आप जीरी उधर चौल जाऊगा उधरले पासे। ठीक है जी, ठीक है। इधर पासे पहला पुरानी बिल्डिंग है शैलर दी। ठीक है, मशीना गांह तक आ जाने। ਤੇ ਪਹਿਲਾਂ ਤੁਸੀਂ ਕਿੱਥੇ ਕਿੱਥੇ ਕੰਮ ਕਰਿਆਗਾ? ਇੱਥੇ ਸਾਰੇ ਕੀਤਾ, ਪਾਤੜਾਂ ਤੇ ਲਹਿਰੇ। ਲਹਿਰੇ ਗਾਗੇ ਜਿਹੜਾ ਪਹਿਲੀ ਵਾਰੀ ਹੈ, ਲਹਿਰੇ ਗਾਗੇ ਪਹਿਲੀ ਵਾਰੀ ਅਸਨਾਮ ਕੀਤਾ, ਲੌਂਗੋਵਾਲ, ਬੜਬੜ, ਸੰਗਰੂਰ ਰੋਡ ਤੇ। ਠੀਕ ਹੈ, ਇੱਥੇ ਦਵਾਲ, ਚੀਮੇ, ਝਾੜੂ, ਠੀਕ, ਕਾਫੀ ਜਗ੍ਹਾ ਦਾ ਕੰਮ ਕੀਤਾ ਜੀ। ਇਹ ਸੈਲਰ ਵਾਲਿਆਂ ਨੂੰ ਪਹਿਲਾਂ ਲੌਸ ਪੈਂਦਾ ਸੀ ਆਪਣਾ ਬਰੋਕਨ ਕਰਕੇ, ਜ਼ਿਆਦਾਤਰ ਕਿਣਕੀ ਬਣ ਜਾਂਦੀ ਸੀ, ਹੁਣ ਵੀ ਕਿਣਕੀ ਘੱਟ ਬਣਿਆ ਕਰੂਗੀ। ਇਸ ਹਿਸਾਬ ਨਾਲ ਇਹਨਾਂ ਨੂੰ ਵੀ ਪ੍ਰੋਫਿਟ ਹੋਊਗਾ, ਨਾਲੇ ਚੌਲ ਵਧੀਆ ਨਿਕਲੂਗਾ। ਹੋਰ ਕੋਈ ਗੱਲਬਾਤ? ਬਸ ਹੋਰ ਤਾਂ ਠੀਕ ਆ, ਮਾਲਕ ਨੂੰ ਫਾਇਦਾ ਹੀ ਹੋਏਗਾ ਇਹਦੇ ਨਾਲ। ਹਾਂ, ਲੇਬਰ ਘੱਟ ਜਾਏਗੀ ਵਾਰ ਵਾਰ। ਕਿੰਨੇ ਕੁ ਪੈਸਿਆਂ ਦਾ ਪ੍ਰੋਜੈਕਟ ਹੈ ਇਹ, ਊਂ ਅੰਦਾਜ਼ਾ ਤੈਨੂੰ ਪਤਾ ਹੋਵੇ ਕੁਛ? ਪ੍ਰੋਜੈਕਟ 15 ਕੁ ਲੱਖ ਤਾਂ ਡਰਾਇਆ, ਤੇ 15-1 ਕਰੋੜ ਦੇ ਨੇੜੇ ਚਲਾ ਹੀ ਜਾਂਦਾ। ਨਹੀਂ ਨਹੀਂ, ਇਹ ਤਾਂ ਜਿਹੜਾ ਨਵਾਂ ਲੱਗ ਰਿਹਾ ਹੁਣ ਦੇਖੋ ਬਈ, ਸੈਲਰ ਵਾਲਿਆਂ ਵਾਸਤੇ ਬਹੁਤ ਵਧੀਆ ਵੀਡੀਓ ਇਹ। ਅੱਗੇ ਮਤਲਬ ਕਿ ਇਹ ਤਕਨੀਕ ਦੀ ਸਾਰਿਆਂ ਨੂੰ ਲੋੜ ਪਊਗੀ। ਕੁਛ ਥਾਵੇਂ ਤਾਂ ਹੋ ਗਿਆ ਲਹਿਰੇ ਗਾਗੀ 'ਚ, ਤਾਂ ਇਹ ਪਹਿਲੀ ਵਾਰੀ ਹੋਰ ਕਰ ਰਹੇ ਨੇ ਇਹ ਕੰਮ। ਅੱਜ ਠੀਕ ਹੈ ਜੀ, ਓਕੇ।